स्वागत है किसान वीरों तुहाडा सिदक डेयरी फार्मिंग दे विच। किसान वीरों अज फिर थोनू नगीने दिखाउणे आ एच एफ नसल दे पिंड सैदोके तहसील इन्हां नूं पैंदी है जिहड़ी निहाल सिंह वाला ते जिला मोगा। अज दी वीडियो दे विच दोस्तों थोनू तीन नाग तुसीं इस साइड ते देख सकदे हो ताजे सूए वे तिन्ने दो दंद वैड़ां पहले सूए दियां बहुत सोहणियां वैड़ां तिन्ने ताजियां सूईयां वीआं ते इन्हां तिन्नां तों बिना चार नाग इस साइड ते आ जिन्हां चों इक ताजी सूई वी गां ते तिन्न गभण गावां। सो कुल नाग सत्त आ दोस्तों ते वीर नाल वीर तों आपां इन्हां बारे जानकारी लैंदे आ। वीडियो नूं एंड तक देखो जिहनूं जिहड़ी गां पसंद लगे आके आपदी तसल्ली दे नाल खरीदो जे नंबर 22 दा स्क्रीन ते चलूगा। सो पहलां इह चारां बारे आपां डिटेल पुछ लैंदे आ उदू बाद च दोस्तों तिन्न गावां जिहड़ियां उधर पहले सूए वालियां शुरुआत च दिखाईआं उन्हां बारे बाद च जानकारी लैंदे आ। बई सति श्री अकाल। सति श्री अकाल जी। नाम दस दी बई। खुशदीप सिंह जी। ठीक है खुशदीप, हर टाइम अपने कोल किन्ने पशु अवेलेबल हुंदे आ? अवेलेबल ही हुंदियां जी गावां घट तों घट 10 तों 15 10-15 गावां जी। ठीक है जानी हुण 5-7 दिन तां ही नहीं वीडियो पई गावां आपां 8 भेजियां जी कल ਕਰਨਾਟਕਾ ਮਸੂਰ ਲਈ ਆਨਲਾਈਨ ਆਰਡਰ ਸੀਗਾ ਤੇ ਉਹ ਗਾਵਾਂ ਖੜ ਗਿਆ ਸੀ ਸਾਰੀਆਂ ਸੂਈਆਂ ਸਵਾਈਆਂ ਸੀ। ਠੀਕ ਹੈ ਹਾਂਜੀ ਉਹਦੇ ਕਰਕੇ ਫਿਰ ਅੱਜ ਨਾਗ 7 ਹੀ ਦਿਖਾ ਰਹੇ ਹਾਂ। ਹਾਂਜੀ ਉਹਦੇ ਕਰਕੇ ਫਿਰ ਖਰੀਦ ਗਿਆ ਸਮਝਦੀਆਂ ਨਹੀਂ ਜੀ ਗਾਈਆਂ ਫਿਰ ਅਗਲੇ ਦੀਆਂ ਜਦੋਂ ਪੈਸੇ ਲਾਏ ਹੁੰਦੇ ਨੇ। ਸਹੀ ਹੈ ਹਾਂਜੀ। ਅੱਛਾ ਅੱਜ ਇਧਰੋਂ ਆਪਾਂ ਪਹਿਲੇ ਨੰਬਰ ਤੇ ਸ਼ੁਰੂਆਤ ਕਰਦੇ ਹਾਂ ਗਾਂ ਦੀ ਡਿਟੇਲ ਕੀ ਹੈ ਬਈ? ਇਹ ਜੀ ਵੱਛੀ ਖੀਰੀ ਹੈ ਨੇ ਇੱਕ ਦੰਦ ਭੰਨਿਆ ਜੀ ਹਜੇ। ਠੀਕ ਹੈ ਹਾਂਜੀ ਕਿੰਨੇ ਕੁ ਦਿਨ ਲੈ ਜੂਗੀ? ਇਹਦੇ ਦਿਨ ਪਏ ਆ 24-25 ਜੀ ਹਜੇ। 24-25 ਦਿਨ ਪਏ ਯਾਨੀ 20 ਦਿਨ ਤਾਂ ਲਊਗੀ। 2 ਦਿਨ ਹੋ ਗਿਆ ਇਹਨੂੰ ਮੇਰੇ ਕੋਲੇ ਉਦੋਂ 26 ਦਿਨ 27 ਆਂਦੇ ਸੀਗੇ ਜੀ। ਠੀਕ ਹੈ ਯਾਨੀ ਹਜੇ ਇਹਨੇ ਆਰਡਰ ਬਣਾਉਣਾ ਸਟਾਰਟ ਹੀ ਕੀਤਾ ਬੱਚੀ ਨੇ ਬਣੂ ਬਹੁਤ ਜ਼ਿਆਦਾ ਜੀ। ਠੀਕ ਹੈ ਹਾਂਜੀ ਤੋੜਦੀ ਬਾਈ ਦੋਸਤੋ ਇੱਕ ਦੰਦ ਹੀ ਹਜੇ ਇਹਨੇ ਸਿੱਟਿਆ ਵਜਨ ਵਾਲੀ ਬੱਚੀ ਹੈ ਕੱਦ ਤਾਂ ਬਾਲਾ ਵੱਡਾ ਨਹੀਂ ਗਾ ਇਸ ਟਾਈਮ ਮੀਡੀਆ ਦਾ ਵਜਨ ਬਹੁਤ ਆ ਜੀ ਵਜਨ ਜ਼ਿਆਦਾ ਹੈ ਪਰ ਹਾਈਟ ਤੁਸੀਂ ਦੇਖ ਰਹੇ ਹੋ ਦੋਸਤੋ ਘੱਟ ਹੈ ਪਰ ਸੰਭੀ ਬਹੁਤ ਹੈ ਦੁੱਧ ਕੱਢ ਦੂ ਬੱਚੀ 28-30 ਕਿਲੋ ਬੜੇ ਆਰਾਮ ਨਾਲ ਜੀ ਦੁੱਧ ਦੀ ਉਮੀਦ ਬਾਈ ਨੂੰ ਬਹੁਤ ਜ਼ਿਆਦਾ ਹੈ ਇਹਦੇ ਤੋਂ ਕਿਉਂਕਿ ਬੱਚੇ ਹੀ ਹਜੇ ਗਾਂ ਨੂੰ ਬਣ ਜਾਣੇ ਨੇ ਹਜੇ ਦੋਸਤੋ ਇਹ ਜਿਹਨੂੰ ਤੁਸੀਂ ਖੀਰੀ ਮੰਨ ਲਓ ਇਹਨੂੰ ਤੁਸੀਂ ਦੋਂਦੀ ਮੰਨ ਲਓ ਹਜੇ ਇੱਕ ਦੰਦ ਇਹਨੇ ਸਿੱਟਿਆ ਸੋ ਬਹੁਤ ਸੋਹਣੇ ਸਟਰਕਚਰ ਦੀ ਹੈ ਕਮਾਲ ਆ ਬਾਈ ਦੇਖ ਸਕਦੇ ਹੋ ਇਹਦਾ ਢਾਂਚਾ ਰੰਗ ਰੂਪ ਸੋਹਣੀ ਵੈੜ ਹੈ ਰੇਟ ਇਹਨਾਂ ਦੇ ਫੋਨ 'ਤੇ ਹੀ ਹੁੰਦੇ ਆ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਕਿਉਂਕਿ ਬਹੁਤ ਵੀਰ ਗਾਹਕ ਜਿਹੜਾ ਆਉਂਦਾ ਉਹ ਬਹੁਤ ਆਉਂਦਾ ਅਤੇ ਕਿਸੇ ਨਾਲ ਕੋਈ ਪਸ਼ੂ ਧਾਰ ਵੇਚਣਾ ਕਿਸੇ ਨੂੰ ਨਗਦ ਦੇਣਾ ਰੇਟ ਫੋਨ ਤੇ ਤਾਂ ਕਰਦੇ ਆ ਜੀ ਆਪਾਂ ਆਨਲਾਈਨ ਜਿਹੜੀਆਂ ਗਾਵਾਂ ਭੇਜੀਆਂ ਹੈਗੀਆਂ ਉਹ ਸਾਰੀਆਂ ਮੰਨ ਕੇ ਚੱਲੋ ਵੀ ਕੋਈ ਵੀ ਵੱਛੀ ਆਪਾਂ ਉਹਨਾਂ ਨੂੰ ਇਹ ਕਹਿ ਕੇਤਾ ਵੀ 28 ਕਿਲੋ ਦੁੱਧ 27 ਕਿਲੋ ਐਵਰੇਜ ਪਾਉਣਗੀਆਂ। ਠੀਕ ਹੈ ਵਿੱਚ ਸਾਡੀਆਂ 90-95 ਲੱਖ ਦੀਆਂ ਵੀ ਲਈਆਂ ਸੀ ਵਿੱਚ 70 ਦੀਆਂ ਵੀ ਲਈਆਂ ਸੀ। ਠੀਕ ਹੈ ਠੀਕ ਆ ਐਵਰੇਜ ਉਹਨਾਂ ਨੂੰ ਆਪਾਂ 80,000 ਦਾ ਪੁੱਠਾ ਦਿੱਤਾ ਜੀ। ਠੀਕ ਹੈ ਤਾਂ ਕਰਕੇ ਹੁਣ ਜੀ ਆਪਾਂ ਅਲੱਗ ਅਲੱਗ ਰੇਟ ਕਰਦੇ ਕਈ ਵਾਰੀ ਬੰਦਾ ਗੱਲ ਨਹੀਂ ਕਰਦਾ। ਸਹੀ ਹੈ ਉਹਦੇ ਕਰਕੇ ਚਲੋ ਇਹ ਵਪਾਰ ਦਾ ਦੋਸਤੋ ਆਪਦੇ ਪਰਦੇ ਹੁੰਦੇ ਆ ਤੁਸੀਂ ਜਿਹੜੀ ਗਾਂ ਤੁਹਾਨੂੰ ਪਸੰਦ ਆਵੇ ਇੱਕ ਫੋਨ ਦੇ ਉੱਤੇ ਰੇਟ ਕਨਫਰਮ ਹੋ ਜਾਂਦਾ ਆ ਜਿਹੜੀ ਇਹ ਗਾਂ ਬਈ ਇਹਦੀ ਕੀ ਡਿਟੇਲ ਇਹਨੇ ਜੀ ਦੂਜੇ ਸੂਏ ਸੂਣਾ ਜੀ। ਠੀਕ ਹੈ 6 ਦੰਦ ਆ ਜੀ 6 ਦੰਦ ਆ ਮੂੰਹ ਚੋਂ ਹਾਂਜੀ ਠੀਕ ਹੈ ਕਿੰਨੇ ਕੁ ਦਿਨ ਲੈਂਦੀ ਇਹ ਦੇਣੇ ਲੈ ਜੂ ਜੀ ਹਫਤਾ 10 ਦਿਨ। ਠੀਕ ਹੈ ਦੁੱਧ ਦੀ ਬਹੁਤ ਚੰਗੀ ਰਿਪੋਰਟ ਆ 28 ਕਿਲੋ ਪਹਿਲੇ ਸੂਏ ਦੁੱਧ ਪਾਇਆ ਦੁੱਧ 34-35 ਕਿਲੋ ਜਿਵੇਂ ਅਗਾੜੀ ਗੂੜੀ ਬਹੁਤ ਲੰਬੀ ਆ ਬਰੀਕ ਆ ਵੈੜ ਚੜਾਈ ਚੜੂਈ ਆ ਪੁੱਠੇ ਦੀ ਤੇ ਦੁੱਧ ਕੱਢ ਦੂ ਫਾਰਮ ਦੀ ਵੱਛੀ ਆ ਜੀ। ਠੀਕ ਹੈ ਹਾਂਜੀ ਤੋਰੀ ਬਈ ਦੋਸਤੋ ਦੂਜੇ ਸੂਏ ਆ 6 ਦੰਦ ਆ ਦੁੱਧ ਚੰਗਾ ਦਿੱਤਾ ਪਹਿਲੇ ਸੂਏ ਬਾਕੀ ਹੱਥ ਦੀ ਚਵਾਈ ਵਾਲਾ 1 ਨੰਬਰ ਥਣ ਵੀ ਸੋਹਣਾ ਤੇ ਹਜੇ ਦਿਨ ਲੈਂਦੀ ਆ ਹਵਾਨਾ ਵੀ ਬਿਲਕੁਲ ਬਰੀਕੀਆਂ ਦੇ ਵਿੱਚ ਚੰਗਾ ਦੁੱਧ ਪਾਊਗੀ ਵੈਣ ਹਵਾਨਾ ਵਾਕਈ ਅੱਗੇ ਨੂੰ ਵੀ ਬਹੁਤ ਆ ਤੇ ਪਿਛਾਂ ਨੂੰ ਵੀ ਚੰਗਾ ਦਿਸੰਦੀ ਤੁਹਾਨੂੰ ਕੋਸ਼ਿਸ਼ ਹੋਊਗੀ ਹਵਾਨਾ ਅੱਗੋਂ ਵੀ ਇਹਦਾ ਮੈਂ ਦਿਖਾ ਦਿਆਂ ਰੋਕੀ ਬਈ ਇੱਥੇ ਸਟਰਕਚਰ ਵੀ ਵੈੜ ਦਾ ਬਹੁਤ ਸੋਹਣਾ ਦੋਸਤੋ ਤੁਸੀਂ ਦੇਖੋਗੇ ਫਵਾਨਾ ਜੇ ਦੇਖਦੇ ਹਾਂ ਤਾਂ ਅੱਗੇ ਨੂੰ ਵੀ ਚੰਗਾ ਥਣ ਦਾ ਸਾਈਜ਼ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਹੱਥੀਂ ਚਵਾਈ ਕਰਨ ਵਾਲਾ ਥਣ ਲੱਗਾ ਵਿਆ ਇਹਦੇ ਸੋਹਣਾ ਫੇਸ ਹੈ ਕਮਾਲਾ ਬਸ ਸ਼ਾਈਨਿੰਗ ਬਹੁਤ ਆ ਚਮਕ ਬਹੁਤ ਆ ਵਾਲਾਂ ਦੇ ਵਿੱਚ ਚੰਗਾ ਦੁੱਧ ਪਾਊਗੀ ਦੂਜੇ ਸੂਏ 'ਚ ਲੇਵੇ ਦੀ ਸਕਿਨ ਬਹੁਤ ਚੰਗੀ ਹੈ ਬਣੂ ਮੱਛੀ ਬਹੁਤ ਜ਼ਿਆਦਾ ਜੀ ਹਜੇ ਤਿਆਰ ਹੋਊਗੀ ਕਿਉਂਕਿ ਕੱਚੀ ਹੈ ਇਦੋਂ ਅੱਗੇ ਇੱਕ ਵੈੜ ਹੋਰ ਬਹੁਤ ਸੋਹਣੀ ਤਿਆਰੀ ਦੇ ਵਿੱਚ ਹੈ ਖੁਸ਼ਦੀਪ ਕਹਿਣਾ ਸੁਗਾ ਇਹ 2 ਦੰਦ ਆ ਜੀ 2 ਦੰਦ ਪਹਿਲਾ ਸੁਗਾ ਹਾਂਜੀ ਦਿਨ ਕਿੰਨੇ ਲੈ ਜੂਗੀ ਬਹੁਤ ਚੰਗਾ ਲੱਗਿਆ ਜੀ ਦਿਨ ਆਏ ਆ ਬਈ ਇਹ ਕੱਲ ਆਈ ਆ ਜੀ ਠੀਕ ਹੈ ਯਾਨੀ ਹੈ ਤਾਂ ਹੈ ਨਹੀਂ ਇਹ ਅੱਜ ਰਾਤ ਨੂੰ ਵੀ ਸੂ ਸਕਦੀ ਆ ਦਿਨ ਦੇ 5 ਪਏ ਆ ਠੀਕ ਹੈ ਹਾਂਜੀ ਪਰ ਲੱਗਦਾ ਤਾਂ ਹੈ ਨਹੀਂ ਵੀ ਸੂਣ ਦਾ ਕੋਈ ਬਸ ਵਾ ਠੀਕ ਹੈ ਜਿਵੇਂ ਹੁਣ ਹੁੰਦਾ ਵੀ ਗਾਈਆਂ ਇੱਕ ਨੂੰ ਇੱਕ ਦੇਖ ਕੇ ਸੂ ਪੈਂਦੀ ਆ ਠੀਕ ਹੈ ਜਿਵੇਂ ਰਾਤ ਆ ਵੈੜ ਸੂਈ ਸੀਗੀ ਕੱਲ ਸ਼ਾਮ ਨੂੰ ਪਤਾ ਨਹੀਂ ਹੁੰਦਾ ਸੂਣ ਦਾ ਬਾਕੀ ਇਹਨਾਂ ਦਾ
ठीक है जी। तो रही भाई दोस्तों दो दंद पहला सूआ एक गां नूं देख के दूजी गां जो नेड़ आ जाते हैं फिर ये इन्हों मुश्क नाल ही सू पैंदियां इवें हुंदा सुनिया थान चंगा लगा भलून थोड़ी जी थोड़ा एक पास से वध दिसूगी क्योंकि बहन सुना कई बार पशु का फर्क पै जाता बाकी सेंगे दे फोटा फुटिया पे दागन तो बाद माड़िया माड़िया दिखा दियो नेड़े करके कैमरा कई बार अगले ने मन के चलो भी ऑनलाइन लैनी होंगी बिलकुल नेड़े करके दिखा दियो वैसे ही है चटाक जी आ गए माड़े माड़े ये ठीक है चंगा थान लगा कुछ पलून चाके भी थान ऐसा लगता स्पेस देख सकते हो ठीक है घुमाला भाई सो ए भी पहलन बच्ची दो दंद मूंह दे विच बहुत सोहने रंग रूप की है दरम्याने कद काठ च चंगी वैड़ ये तो बिना एक अगे जे आप सूईया वीं गावं चो गल करिए चार सूईया वीं गावं तो आप शुरुआत इस साइड तो कर लें खुशदीप कदों सूई है ये कल शाम नूं सूई है जी सूआ दा सूआ है चार दंद है जी ठीक है पहले सूए सूई है ठीक है जिम्मे दुद्ध आली कमाल मान गए 25 किलो स्टार्टिंग बोला जी सूम सार बच्छी ने नाड़ा कड़तिया जी ठीक है बेंस दूजी साइड तो भी मार लियो कैमरा बहुत सुंदर बच्छी आ बाला नहीं तो इन 35 प्लस बड़े आराम नाल बच्छी जाऊगी बच्चा की देगी जी बच्चा तो मेल काफ है जी ठीक है मरिंडे एरिए बैठ एक है जी ते दो उन्ना चो मरिंडे एरिए दी बैठा जी ठीक है कमाल ही दोस्तों चार दंद है ते सूआ ए पहला सूई है हजे कल ही सोई है पर स्टार्टिंग जी बाई दसदा भी 25 किलो तो है बौले दी बॉडी वेट चंगा जी कल वाना अगे नू भी बहुत ज्यादा हवाना बहुत तकड़ा दोस्तों तैयार है दुध भी बहुत चंगा वैड ने पाउना इन्हें जो पूरा पीक लेवल फड़ूगी आपदा पहले सूए उस इधर दोस्तों तीन हीरे खड़े है एच एफ दे पहले सूए दियां वैड़ां है इन्हां बारे आपां जानकारी लैने बाई तो ਬਈ ਜਿਹੜੀ ਇਹ ਪਹਿਲੇ ਨੰਬਰ ਤੇ ਵੱਛੀ ਹੈ ਇਹ ਦੋ ਦੰਦ ਆ ਜੀ ਠੀਕ ਹੈ ਇਹ ਆਪ ਹੈਗੀ 40-116 ਦੀ ਜੀ ਠੀਕ ਹੈ ਤੇ ਨਹੀਂ ਇਹਦੇ ਮਗਰ ਵੱਛੀ 40-116 ਦੀ ਹੈ ਜੁਪੀਟਰ ਦੀ ਦੱਸਿਆ ਸੀਗਾ ਜੀ ਮੈਨੂੰ ਇਹ ਜੁਪੀਟਰ ਦੀ ਦੱਸਿਆ ਤੇ 40-116 ਦੀ ਵੱਛੀ ਹੈ ਵੱਛੀ ਆ ਹਾਂਜੀ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਤੀਜਾ ਲੈਣਾ ਜੀ ਬੋਲਾ ਕਿੰਨਾ ਹੋ ਗਿਆ ਬੋਲਾ ਦੇ ਥੱਲੇ 22 ਕਿਲੋ ਹੈ ਜੀ 22-23 ਕਿਲੋ ਹੈ 22-23 ਕਿਲੋ ਬੋਲਾ ਹੈ ਦੋ ਟਾਈਮ ਜਦੋਂ ਸੂਈਆਂ ਹੋਈਆਂ ਦੋ ਟਾਈਮ ਮਿਲ ਕੇ ਹੋ ਸਕਦੀ ਨਹੀਂ ਤਾਂ ਕੋਈ ਗੱਲ ਨਹੀਂ ਏਡੀ ਠੀਕ ਹੈ ਦੋਸਤੋ ਸੂਈਆਂ ਸਵਾਈਆਂ ਤੇ ਦੋ ਟਾਈਮ ਬਾਈ ਕਹਿੰਦਾ ਬੇਸ਼ੱਕ ਚੋ ਕੇ ਦੇਖ ਲਓ ਜਿੰਨਾ ਦੁੱਧ ਦੱਸਿਆ ਮਗਰ ਪੱਛੀ ਬਹੁਤ ਵੱਡੀ ਵੱਛੀ ਹੈ ਇਹ ਵੱਛੀ ਹੈ 40-116 ਦੀ ਵੀਰ ਦੱਸਦਾ ਵੀ ਦੱਸਿਆ ਇਸ ਬਾਤ ਚ ਪੀਟ ਸਾਈਡ ਉੱਤੋਂ ਨਗਰ ਕੀਰਤਨ ਲੰਘ ਰਿਹਾ ਦੋਸਤੋ ਟਾਈਮ ਕਾਫੀ ਲੱਗ ਜਾਂਦਾ ਉਹਦੇ ਕਰਕੇ ਆਪਾਂ ਵੀਡੀਓ ਜਿਹੜੀ ਬਣਾ ਰਹੇ ਹਾਂ ਬਾਕੀ ਇਹ ਜੀ ਵੱਛੀ ਭਾਵੇਂ 10 ਸੂਏ ਪੀ ਲਓ ਜੀ ਇਹਦਾ ਲੇਵਾ ਨਹੀਂ ਖਰਾਬ ਹੁੰਦਾ ਲੰਬਾਈ ਬਹੁਤ ਜ਼ਿਆਦਾ ਆ ਫੇਸ ਦੀ ਕੁਆਲਿਟੀ ਬਹੁਤ ਆ ਜੀ ਵੈਡ ਦੇਖਿਓ ਤੁਸੀਂ ਨਗੀਨਾ ਹੀ ਐਚ ਐਫ ਦਾ ਬਹੁਤ ਸੋਹਣੇ ਥਾਣ ਬਾਕੀ ਮੁੱਠੀ ਵਾਲਾ ਵੀ ਥਾਣਾ ਜੀ ਤੇ ਮਸ਼ੀਨ ਵਾਲਾ ਤਾਂ ਹੈਗਾ ਬੇਸ ਹੁਣੇ ਹੀ ਉੱਭਰ ਰਹੀ ਆ ਜੀ ਦੋ ਦਿਨ ਹੋਏ ਆ ਹਜੇ ਸੂਈ ਨੂੰ ਤੀਜਾ ਦਿਨ ਅੱਜ ਠੀਕ ਹੈ ਹਾਂਜੀ ਉਹਨਾਂ ਚੰਗਾ ਹੀ ਬੱਚਾ ਜੀ ਮਗਰ ਤੀਜਾ ਦਿਨ ਸੂਈ ਨੂੰ ਤੇ 22 ਕਿਲੋ ਬੋਲੇ ਤੋਂ ਸਟਾਰਟਿੰਗ ਆ ਬੱਚੀ ਬਹੁਤ ਵਧੀਆ ਬੱਚੀ ਹੈ ਲੈ ਚਲੋ ਇਹਦੇ ਨਾਲ ਜਿਹੜਾ ਬੱਚਾ ਤੁਸੀਂ ਦੇਖੋਗੇ ਬੱਚੀ ਉਹ ਵੀ ਬਹੁਤ ਸੋਹਣੀ ਹੈ ਜੀ ਚੰਗੀਆਂ ਗਾਵਾਂ ਖਰੀਦੋਗੇ ਤਾਂ ਚੰਗੇ ਬੱਚੇ ਹੋਣਗੇ ਦੋਸਤੋ ਤੇ ਚੰਗੇ ਬੱਚੇ ਹੋਣਗੇ ਤਾਂ ਚੰਗੇ ਦੁੱਧ ਤੇ ਆਉਣ ਦੀ ਸੰਭਾਵਨਾ ਹੁੰਦੀ ਹੈ ਕੀਮਤ ਵੀ ਚੰਗੇ ਬੱਚਿਆਂ ਨੇ ਬਚਾਉਣੀ ਵਧੀਆ ਬੰਦਾ ਬੱਚੀ ਲਿਆ ਕੇ ਸਾਹਮਣੇ ਜੀ ਇੱਕ ਹਿਸਾਬ ਦੀਆਂ ਦੋ ਆ ਜੀ 3-4 ਸੂਏ ਇਹਦੇ ਪੀ ਕੇ ਬੱਚੇ ਲੈ ਸਕਦਾ ਜੀ ਹਰੇਕ ਸਹੀ ਇਹਦੋਂ ਅੱਗੇ ਜਿਹੜੀ ਬੱਚੀ ਹੈ ਖੁਸ਼ਦੀਪ ਇਹ ਦੋ ਦੰਦ ਆ ਜੀ ਬੱਚੀ ਠੀਕ ਹੈ ਇਹ ਖੁੱਲੀ ਫਿਰਦੀ ਆਈ ਸੀ ਜਾਣੀ ਇਹਦਾ ਦਿਨ ਤਾਂ ਹਜੇ 29 ਤਰੀਕ ਨੂੰ ਪੂਰੇ ਹੋਣੇ ਆ ਜੀ ਅੱਛਾ
ਇਹ 4-5 ਦਿਨ ਪਹਿਲਾਂ ਸੂਪੀ ਇਹਨੂੰ ਬਰੂਟ ਦਾ ਸੈਕਸ਼ਨ ਸੀਮਨ ਨਹੀਂ ਇਹਨਾਂ ਨੇ ਦੱਸਿਆ ਸੀ ਤੇ ਵੱਛੀ ਦਿੱਤੀ ਹੈ ਇਹਨੇ ਜੀ। ਠੀਕ ਹੈ ਹਾਂਜੀ। ਇਹ ਕੱਲ ਹੀ ਸੂਈ ਹੈ? ਇਹ ਪਰਸੋਂ ਸੂਈ ਆ, ਸ਼ਾਮ ਨੂੰ ਜੀ, ਪਰਸੋਂ ਸ਼ਾਮ ਨੂੰ ਹੀ ਆਈ ਸੀਗੀ ਇਹ। ਠੀਕ ਹੈ। ਇਹਨੇ ਜੀ ਜੇ ਨਹੀਂ ਲਾਇਆ ਉੱਧਰ ਕੀ ਸੂਈ। ਅੱਛਾ, ਦੁੱਧ ਇਸ ਟਾਈਮ ਕਿੰਨਾ ਦੇ ਰਹੀ ਹੈ ਇਹ? ਹੈਗਾ ਜੀ 12 ਕਿਲੋ ਇੱਕ ਟਾਈਮ ਦਾ। 24 ਕਿਲੋ ਬਾਹਲਾ ਹੈਗਾ? ਬੜੇ ਆਰਾਮ ਨਾਲ 2 ਟਾਈਮ ਚੋ ਕੇ ਬੰਦਾ ਲੈ ਸਕਦਾ। ਚਟਾਕ ਹੁੰਦੇ ਦੋਸਤੋ, ਕਿਉਂਕਿ ਫਾਰਮਾਂ ਚ ਗਾਵਾਂ ਨਵਾਈਆਂ ਨੀ ਜਾਂਦੀਆਂ, ਇਹ ਇੱਥੇ ਆ ਕੇ ਵੀਰ ਨਵਾਉਂਦੇ ਆ, ਉਹਦੇ ਕਰਕੇ ਤੁਹਾਨੂੰ ਇਸ ਤਰ੍ਹਾਂ ਚਟਾਕ ਜੇ ਦਿਸਦੇ ਹੋਣਗੇ। ਬਰੂਟ ਦੀ ਵੱਛੀ ਦੋਸਤੋ, ਸੈਕਸ਼ਨ ਸੀਮਨ ਬਾਈ ਦੱਸਦਾ ਸੀ, ਉਹਨਾਂ ਨੇ ਦੱਸਿਆ ਸੀ ਵੀ ਭਰਿਆ ਇਹਦੇ ਕੋਲ ਵੀਰ ਕੋਲ ਆ ਕੇ ਸੂਈ ਹੈ, ਇਹ ਬਰੂਟ ਦੀ ਵੱਛੀ ਤੁਸੀਂ ਦੇਖ ਰਹੇ ਹੋ। ਲੈ ਚੱਲ ਬਾਈ ਜੀ, ਕਿਉਂਕਿ ਕਈ ਬੰਦੇ ਕਹਿੰਦੇ ਆ ਜੀ ਹੁਣ ਵੀ ਤੁਸੀਂ ਸੀਮਨ ਐ ਕਹਿੰਦੇ ਆ, ਕਹਿ ਦਿੰਦੇ ਆ ਜੀ, ਕਈ ਆਪਾਂ ਨੂੰ ਸ਼ਿਕਾਇਤ ਵੀ ਕਰਦੇ ਆ, ਕਿਉਂਕਿ ਸਾਨੂੰ ਜਿਵੇਂ ਵੀ ਕੋਈ ਦੱਸਦਾ ਜੀ ਅਸੀਂ ਉੱਦਾਂ ਅੱਗੇ ਦੱਸ ਦੇਣਾ ਹੁੰਦਾ ਜੀ। ਠੀਕ ਹੈ। ਸੀਮਨ ਬਾਰੇ ਵੀਰ ਕਹਿੰਦਾ ਵੀ ਜੋ ਅੱਗੋਂ ਦੱਸਿਆ ਜਾਂਦਾ ਉਹੀ ਦੱਸਣ ਦੀ ਕੋਸ਼ਿਸ਼ ਹੁੰਦੀ ਹੈ। ਬਾਕੀ ਤੁਸੀਂ ਗਾਂ ਨੂੰ ਦੇਖ ਲਿਆ ਦੋਸਤੋ, ਮਾਂ ਦੇਖ ਲਈ ਤਾਂ ਵੱਛੀ ਵੀ ਜਿਹੜੀ ਕਲੀਅਰ ਆ ਵੀ ਜੇ ਬਹੁਤ ਆਉਣਾ ਤਾਂ 75% ਤਾਂ ਉਹਦੀ ਮਾਂ 'ਤੇ ਜਾਊ। ਸੋ ਇੱਕ ਗਾਂ ਲਾਸਟ ਦੇ ਉੱਤੇ ਤੁਹਾਨੂੰ ਦਿਖਾ ਦਿੰਦੇ ਹਾਂ ਦੋਸਤੋ, ਇਹ ਵੀ ਬਹੁਤ ਵੱਡੇ ਹਵਾਨੇ ਦੀ ਹੈ। ਖੁਸ਼ਦੀਪ ਕੀ ਡਿਟੇਲ ਆ ਬਾਈ? ਇਹ ਜੀ 2 ਦੰਦ ਆ ਜੀ, ਇਹ ਮਰਿੰਡਿਓਂ ਆਈ ਸੀਗੀ ਜੀ, ਅਤੇ ਸੀਮਨ ਉਹਨਾਂ ਨੇ ਮੈਨੂੰ ਦੱਸਿਆ ਸੀ, ਸੀਮਨ ਨਹੀਂ ਮੇਰੇ ਯਾਦ ਕਿਹੜੇ ਦੀ ਇਹ ਜੀ, ਅਤੇ ਜਾਣੀ ਇਹਦੀ ਮਾਂ ਦਾ ਦੱਸਦੇ ਸੀਗੇ ਵੀ ਪਹਿਲੇ ਸੂਏ ਇਹਦੀ ਮਾਂ ਨੇ 40 ਕਿਲੋ ਦੁੱਧ ਪਾਤਾ ਸੀਗਾ ਜੀ। ਅੱਛਾ। ਦੂਜੇ ਸੂਏ ਜਾਣੀ ਗਾਂ ਮਰ ਗਈ ਸੀਗੀ ਉਹ। ਅੱਛਾ। ਉਹਦੀ ਪਹਿਲੇ ਸੂਏ ਦੀ ਵੱਛੀ ਇਹ ਜੀ। ਠੀਕ ਹੈ। 2 ਦੰਦ ਆ ਜੀ, ਪਰਸੋਂ ਸ਼ਾਮ ਨੂੰ ਸੂਈ ਆ ਅਤੇ ਮਗਰ ਵੱਛਾ ਜੀ ਇਹਦੇ। ਠੀਕ ਹੈ। ਬੋਲਾ ਹੁਣ ਕਿੰਨਾ ਹੋਊਗਾ ਥੱਲੇ? ਬੋਲਾ ਹੈਗਾ ਜੀ ਥੱਲੇ 26 ਕਿਲੋ ਜੀ ਹੁਣ। 26 ਕਿਲੋ ਬੋਲਾ ਹੈ। ਚੋਣ ਦਾ ਜੀ 2 ਟਾਈਮ ਮਿਲਕਿੰਗ ਕਰ ਸਕਦਾ ਕੋਈ ਵੀ? ਦੋਸਤੋ 2 ਟਾਈਮ ਚੋਣ ਦਾ ਦੁੱਧ ਜਿਹੜਾ ਉਹ 26 ਕਿਲੋ ਹੈਗਾ, ਹਵਾਨਾ ਹੀ ਦੱਸਦਾ ਗਾਂ ਦਾ ਖੈਰ ਇੰਨਾ ਦੁੱਧ ਹੋਊਗਾ। ਅੱਗੋਂ ਤੁਹਾਨੂੰ ਇਹਦੇ ਮੈਂ ਥਣਾਂ 'ਚ ਬਿੱਥੀ ਅਤੇ ਥਣ ਦਾ ਸਾਈਜ਼ ਵੀ ਦਿਖਾਊਂਗਾ। ਫਾਰਮ ਦੀ ਵੱਛੀ ਹੈ ਦੋਸਤੋ, ਸਾਈਡ ਉੱਤੋਂ ਗੋਹਾ ਵੀਰ ਨੇ ਲਾਇਆ, ਸੋ ਉਹਦੇ ਕਰਕੇ ਤੁਹਾਨੂੰ ਇਸ ਤਰ੍ਹਾਂ ਚਟਾਕ ਦਿਸਣਗੇ। ਥਣਾਂ 'ਚ ਬਿੱਥੀ ਦੇਖ ਲਓ, ਥਣ ਦਾ ਸਾਈਜ਼ ਦੇਖ ਲਓ, ਮਾਮੂਲੀ ਜਿਹੀ ਭਲੂਣ ਜਿਹੜੀ ਉਹ ਜ਼ਰੂਰ ਦਿਸਦੀ ਹੈ। ਤੁਹਾਨੂੰ ਦੂਜੇ ਪਾਸਿਓਂ ਜੇ ਥਣ ਦਿਖਾਵਾਂ ਤਾਂ ਬਿਲਕੁਲ ਕਲੀਅਰ ਦਿਸੂਗਾ, ਬਹੁਤ ਸੋਹਣਾ ਸਾਈਜ਼ ਹੈ ਥਣ ਦਾ। ਨਾੜਾਂ ਹਵਾਨੇ 'ਤੇ ਦੱਸਦੀਆਂ ਵੀ ਦੁੱਧ ਵਾਲੀ ਵੱਛੀ ਹੈ, ਬਹੁਤ ਵਧੀਆ ਦੁੱਧ ਕੱਢੂਗੀ ਜੀ, ਸਿੱਧੀ ਸੁੱਧੀ ਅਤੇ ਮਗਰੋਂ ਬੈਕ ਸਾਈਡ ਦੀ ਵੱਛੀ। ਬਹੁਤ ਚੰਗੀ ਬੈਠ ਤੁਹਾਨੂੰ ਕੋਰ ਕੇ ਦਿਖਾ ਰਹੇ ਹਾਂ। ਸੋ ਇਹ ਨਾਗ ਦੋਸਤੋ ਵਕਾਊ ਸੀਗੇ ਵੀਰ ਕੋਲ, ਸੱਤ ਗਾਵਾਂ ਦਿਖਾਈਆਂ ਜਿਹਦੇ 'ਚ 3 ਇਸ ਸਾਈਡ 'ਤੇ ਵੱਧੀਆਂ, ਜਿਨ੍ਹਾਂ ਦਾ ਥੰਬ ਨੇ ਲਾਇਆ ਫੋਟੋ ਫਰੰਟ 'ਤੇ ਲਾਈ ਹੈ, ਅਤੇ ਇਹਨਾਂ ਤੋਂ ਬਿਨਾਂ 4 ਗਾਵਾਂ ਇਸ ਸਾਈਡ 'ਤੇ ਆ। ਸੋ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗੇ ਆ ਕੇ ਤਸੱਲੀ ਨਾਲ ਖਰੀਦੋ। ਰੂਟੀਨ 'ਚ ਪਸ਼ੂ ਆਉਂਦੇ ਆ ਬਾਈ ਕੋਲ, ਤੁਸੀਂ ਕੰਟੈਕਟ 'ਚ ਰਹਿ ਸਕਦੇ ਹੋ, ਪਸ਼ੂ ਇਹਨਾਂ ਤੋਂ ਬਿਨਾਂ ਵੀ ਹੋਰ ਆਉਂਦੇ ਰਹਿੰਦੇ ਆ। ਕੱਚੀਆਂ ਗਾਵਾਂ ਚਾਹੂੰ ਤਾਂ ਕੱਚੀਆਂ, ਜੇ ਤਿਆਰ ਚਾਹੂੰ ਤਾਂ ਤਿਆਰ। ਟਰਾਂਸਪੋਰਟ ਜਿਹੜੀ ਆ ਡਿਲੀਵਰੀ ਆ ਉਹ ਅਵੇਲੇਬਲ ਆ, ਪਰ ਪੇਮੈਂਟ ਜਿਹੜੀ ਉਹ ਐਡਵਾਂਸ ਲਾਉਣੀ ਪਊਗੀ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।